को मंदर साज सवार, त्रिन को मंदर साज सवार, पावक तले जरावत है कोठी काठ की, बाबा देखे ध्यान धर, उच्चे चढ़ के देखे दिस लागी आग, उच्चे चढ़ के देखे ता घर घर एहा आग, दे दिस लागी आग, बाबा देखे ध्यान धर, बाबा देखे ध्यान धर, जलती सब पृथ्वी दिस आई, दे दिस लागी आग, जलती सब पृथ्वी दिस आई, बाजो गुरु गवार है, है कर दी सुनी लुकाई, दे दिस लागी आग, बाबा देख दे इस धरती इस संसार दे हर पासे अग ही अग है, पर एक गल होर भी देखदा है, इस अग विच जलदा कौन है ते इंदे विचों बचदा कौन है। संसार मानो लकड़ी दा घर है, कोठी काठ की है, ते इंदे दह दिस हर पासे विकारां दी, पदार्थां दी, तृष्णा ईरखा द्वैखता होमे दी अग बल रही है संसार दे हर हिस्से विच। इंद विच कौन बल रहा है ते कौन बच रहा है, सवाल ए आ गया अगली लाइन विच। पंडित पंडित जल मूर मूर्ख उभरे भाग, ए गल बड़ी समझन वाली। इस ख्याल दे मुताबिक पंडित कौन है, गुरु कहंदे ने हों पंडित हों चतर सियाना, करने हार ना बुझे बिगाना। जेड़े लोग अपने आप नू गुरु तो बेमुख होके अपने आप विच अपने आप नू सियाना समझन वाले पंडित, कि सानू किसे गुरु दी अगवाई दी भी लोड़ नहीं, असी सियाने हाँ, ओ ता इस हों दी अग विच जल गए। ते कुछ लोग ओ सन जेड़े अपनी रचना तो निम्रता नाल ए कहंदे सन, हम मतहीन मूर्ख मुग्ध अंधे, सतगुरु मार्ग पाए। सतगुरु कहन लगे मैं की देखदा, वो भी लोग ने जेड़े ए कहंदे ने हम मूढ़ मुग्ध अशुद्ध मत होते, गुर सतगुरु के बचन हर हम जानना। जेड़े कहंदे ने तू समर्थ वड्डा, मेरी मत थोड़ी राम, जिन्हां नूं लोग भी मूर्ख समझदे ने। सतगुरु ने बाणी विच आख्या, लोग कहें कबीर बोराना, ये तो बोरा है मूर्ख है, इसनूं तो समझ कोई नहीं, ये दुनियादारी वाले कर्म कांड करदा नहीं। गुरु कहन लगे जेड़े इस किस्म दे मूर्ख बन के बैठे सन संसार विच,
ਉਹ ਇਸ ਸੰਸਾਰ ਦੀ ਅੱਗ ਤੋਂ ਬਚ ਗਏ ਤੇ ਜਿਹੜੇ ਆਪਣੇ ਆਪ ਦੀ ਸਿਆਣਪ ਤੇ ਮਾਣ ਰੱਖਦੇ ਸਨ ਪੰਡਿਤ ਬਣਦੇ ਸਨ ਉਹ ਜਲ ਗਏ। ਸਤਿਗੁਰੂ ਨੇ ਆਖਿਆ ਪੰਡਿਤ ਜਲ ਮੂਏ ਮੂਰਖ ਉਭਰੇ ਭਾਗ। ਤਾਂ ਇੱਕ ਗੱਲ ਖਿਆਲ ਕਰਿਓ ਸੰਸਾਰ ਜੀਵ ਲਈ ਅੱਗ ਦਾ ਘਰ ਹੈ, ਹਰ ਪਾਸੇ ਵਿਕਾਰਾਂ ਦੀ ਅੱਗ ਹੈ। ਗੁਰੂ ਨੇ ਆਖਿਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਡ ਰਚਾਇਆ। ਜੀਵਨ ਤਾਂ ਜਨਮ ਤੋਂ ਲੈ ਕੇ ਮੌਤ ਤੱਕ ਅੱਗ ਵਿੱਚ ਘਿਰਿਆ ਹੋਇਆ, ਮਾਤਾ ਦੇ ਗਰਭ ਵਿੱਚ ਜਠਰਾ ਅਗਨੀ, ਸੰਸਾਰ ਦੇ ਵਿੱਚ ਜੀਵਨ ਭਰ ਤ੍ਰਿਸ਼ਨਾ ਅਤੇ ਮਾਇਆ ਹੋਣ ਦੀ ਪਦਾਰਥਾਂ ਦੀ ਵਿਕਾਰਾਂ ਦੀ ਅਗਨੀ, ਤੇ ਜਦੋਂ ਸਰੀਰ ਨੂੰ ਤਿਆਗਦਾ ਹੈ ਤਾਂ ਉਠਾ ਕੇ ਚਿਖਾ ਦੀ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਗੁਰੂ ਕਹਿੰਦੇ ਨੇ ਜੀ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਇਸਦਾ ਮਤਲਬ ਸਾਰਾ ਜੀਵਨ ਤਾਂ ਅੱਗ ਦੇ ਸਪੁਰਦ ਹੈ। ਮਨੁੱਖ ਦਾ ਜੀਵਨ ਕੈਸਾ ਹੈ? ਅੱਗ ਦੇ ਸਪੁਰਦ ਹੈ। ਪਰ ਇੱਕ ਖਿਆਲ ਕਰਿਓ, ਇਹਦੇ ਵਿੱਚ ਕੁਛ ਗੱਲਾਂ ਵਿਚਾਰਨ ਵਾਲੀਆਂ ਨੇ ਗੁਰਬਾਣੀ ਵਿੱਚੋਂ। ਗੁਰੂ ਕਹਿੰਦੇ ਨੇ ਇੱਕ ਖਿਆਲ ਕਰਿਓ ਕਿ ਗਿੱਲੀ ਲੱਕੜ ਨੂੰ ਅੱਗ ਨਹੀਂ ਜਲਾ ਸਕਦੀ, ਅੱਗ ਤੋਂ ਗਿੱਲੀ ਲੱਕੜ ਬਚ ਜਾਂਦੀ ਹੈ। ਪਰ ਸੰਸਾਰ ਤਾਂ ਨਾਮ ਅੰਮ੍ਰਿਤ ਦੇ ਸਿੰਚਨ ਤੋਂ ਵਿਹੂਣਾ ਹੋ ਚੁੱਕਾ ਹੈ, ਇਸ ਲਈ ਸੁੱਕਾ ਕਾਠ ਬਣ ਗਿਆ। ਗੁਰੂ ਬਚਨ ਕਰਦੇ ਨੇ ਬਿਨ ਨਾਵੇਂ ਸੁੱਕਾ ਸੰਸਾਰ, ਗੁਰਬਾਣੀ ਹੈ, ਬਿਨ ਨਾਵੇਂ ਸੁੱਕਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਗੁਰੂ ਕੋਲ ਖਜ਼ਾਨਾ, ਉਹਦੇ ਤੋਂ ਗੁਰੂ ਤੋਂ ਵਿਛੜ ਕੇ ਇਹ ਸੰਸਾਰ ਦਾ ਜੀਵ ਜਿਹੜਾ ਇਸ ਸੁੱਕੇ ਸੰਸਾਰ ਵਿੱਚ ਜੀਵ ਰਿਹਾ ਹੈ। ਤੇ ਸੁੱਕੀ ਅੱਗ, ਸੁੱਕੀ ਲੱਕੜ ਨੂੰ, ਕਾਠ ਨੂੰ ਅੱਗ ਬੜੀ ਜਲਦੀ ਘਿਰਦੀ, ਕਿਉਂਕਿ ਅੱਗ ਤੇ ਸੁੱਕੀ ਲੱਕੜ ਦੇ ਅੰਦਰ ਵੀ ਬੈਠੀ, ਕਾਠ ਤਾਂ ਲੱਕੜ ਦੇ ਅੰਦਰ ਵੀ ਅੱਗ ਹੈ, ਤੇ ਜਿਹੜੀ ਬਾਹਰ ਤੋਂ ਅਲੱਗੀ ਅੱਗ ਨਾਲ ਮਿਲ ਕੇ ਲੱਕੜ ਨੂੰ ਜਲਾ ਦਿੰਦੀ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਤੇ ਜਦੋਂ ਬਾਹਰੋਂ ਹੰਸ, ਕੁਹੇਤ, ਕੁਲੋਭ, ਕੋਪ, ਚਾਰੇ ਨਦੀਆਂ ਅੱਗ, ਭਵੇਂ ਦੱਜੇ ਨਾਨਕਾ, ਭਾਵ ਅਹਿੰਸਾ, ਨਿਰਦੈਤਾ, ਜ਼ੁਲਮ, ਖੇਤ ਮੋਹ, ਭਾਵ ਲੋਭ, ਲਾਲਚ, ਤੇ ਗੁਰੂ ਕਹਿੰਦੇ ਨੇ ਕੋਪ, ਕ੍ਰੋਧ, ਇਹ ਚਾਰੇ ਮਨ ਨੂੰ ਅੰਦਰ ਨਦੀਆਂ ਦੀ ਅੱਗ ਦੀਆਂ ਨਦੀਆਂ ਨੇ। ਬਾਹਰੋਂ ਇਹ ਅੱਗ ਬਲ ਰਹੀ ਹੈ, ਅੰਦਰ ਵੀ ਨਦੀਆਂ ਨੇ, ਤੇ ਇਹਨਾਂ ਨਦੀਆਂ ਵਿੱਚ ਮਨੁੱਖ ਦਾ ਮਨ ਤਾਂ ਹੀ ਬਚ ਸਕਦਾ ਸੀ ਜੇ ਗੁਰੂ ਦੀ ਅਗਿਆ ਜਿਹੜੀ ਅੰਮ੍ਰਿਤ ਜਲ ਹੈ ਉਸਨੂੰ ਪੀ ਲੈਂਦਾ। ਪਰ ਗੁਰੂ ਕਹਿੰਦੇ ਨੇ ਹੋਇਆ ਕਿ ਮੈਂ ਦੇਖਦਾ ਕਿ ਅੰਮ੍ਰਿਤ ਜਲ ਦਾ ਭਰਿਆ ਹੋਇਆ ਗੁਰੂ ਨੇੜੇ ਹੈ, ਦੂਰ ਵੀ ਨਹੀਂ, ਪਰ ਅਗਿਆਨਤਾ ਵਸ ਜੀਵ ਪੀਂਦਾ ਹੀ ਨਹੀਂ ਅੰਮ੍ਰਿਤ ਜਲ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਸੁਰ ਨਰ ਦਾਤੇ, ਸੁਰ ਭਾਵ ਦੇਵਤੇ, ਨਰ ਭਾਵ ਮਨੁੱਖ, ਮਨੁੱਖ ਤੇ ਦੇਵਤੇ ਤੱਕ ਸਾਰੇ ਹੀ ਇਸ ਅੱਗ ਵਿੱਚ ਜਲ ਰਹੇ ਨੇ। ਦਾਦੇ ਸੁਰ ਨਰ ਦਾਦੇ, ਲਾਗੀ ਆਗ, ਹਰ ਪਾਸੇ ਅੱਗ ਹੈ। ਪਰ ਕਹਿਣ ਲੱਗੇ ਨਿਕਟ ਨੀਰ, ਬੜਾ ਨੇੜੇ ਅੰਮ੍ਰਿਤ ਜਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਕਹਿਣ ਲੱਗੇ ਨਿਕਟ ਨੀਰ ਪਸ ਪੀਵ ਸਨਾ ਝਾਗ, ਪਾਣੀ ਅੰਮ੍ਰਿਤ ਜਲ ਨੇੜੇ ਹੈ, ਪਰ ਇਹ ਪਸ਼ੂ ਬਿਰਤੀ ਅਗਿਆਨਤਾ ਨਾਲ ਉਸ ਅੰਮ੍ਰਿਤ ਜਲ ਨੂੰ ਪੀ ਨਹੀਂ ਰਹੀ। ਕਬੀਰ ਜੀ ਨੇ ਆਪਣੀ ਰਸਨਾ ਤੋਂ ਆਖਿਆ ਕਿ ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਿਤ ਕਬੀਰ। ਕਹਿਣ ਲੱਗੇ ਪ੍ਰਭੂ ਦਾ ਸਿਮਰਨ ਚੇਤੇ ਸਿਫਤ ਸਲਾਹ ਕਰ ਕਰਕੇ ਜਿਹੜਾ ਅੰਮ੍ਰਿਤ ਜਲ ਮਿਲਿਆ ਨਾ, ਇਹੋ ਹੀ ਸਭ ਤੋਂ ਨਿਰਮਲ ਤੇ ਪਵਿੱਤਰ ਜਲ ਸੀ। ਬਾਬਾ ਕਬੀਰ ਕਹਿੰਦੇ ਕਿ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਿਜ ਨਾ ਬੁੱਝੇ ਕਿਜ ਨਾ ਸੁੱਝੇ, ਦੁਨੀਆ ਬੁੱਝੀ ਭਾਏ। ਤੇ ਕਹਿਣ ਲੱਗੇ ਸਾਈ ਮੇਰੇ ਚੰਗਾ ਕੀਤਾ, ਪੰਡਿਤ ਪੰਡਿਤ ਜਲ ਮੂਹੇ,
मूर्ख बड़े भाग इस संसार विच रहंदे आ मेरे मालिक ने मेरे सतगुरु ने बड़ी रहमत की थी कि मैनू इस अग तो बचा लिया। मैं भी तो इसे संसार दी कोठी अग जिहड़ा संसार काठ दी कोठी बन चुका सी जिंदे चारों तरफ अग सी उंदे विच मैं भी आया सां पर मैं गुरु दी रहमत दा सदका बच गया। एहो गल बाबा कबीर जी ने आखी ते कहन लगी कबीर कोठी काठ की कोठी काठ की दे देस लगी देश लगी काठ की कोठी काठ की कोठी काठ की। एक बार अर्ज की सी कि जो बच्चा संसार विच जन्म लेंदा है आउंदा जीव संसार विच माता दे गर्भ विच जठरा अग्नि विचों बच के जो संसार विच कदम रखदा है ते समझदा है भी हुण मैं खौरे सुरक्षित हो जावांगा क्योंकि जठरा अग्नि विचों बच गया। सतगुरु ने बाणी विच भी आखिया जठरा अग्नि में रहता बच गया। पर जदों संसार विच कदम धरदे आ उसनू पता लगदा है कि इत्थे जैसी अग्न उधर मैं तैसी बाहर माया माया अग्न सब इको जिही। जदों उसनू इह पता लगदा है ते सब तो पहला मैं अर्ज कीती सी बच्चा जन्म लैंदे आई रोंदा है। कदी तुसी वेखो कोई भी बच्चा जन्म लैगा जन्म तो बाद पहली आवाज उसकी रोण दी होगी। ते मैं अर्ज कीती सी इउं दिसदा है जिवें जीव संसार विच आया रो पिया मैं एक अग तो बच के बाहर निकलिया ते दूजी अग विच फस गया कोठी काठ की इस संसार दी काठ दी लकड़ दी कोठी घर विच आ गया जिथे दसो दिशा ते ही अग लगी हुई है ते मैनू इथों हे प्रभु हे गुरु बचा ले इथे आ गया। ते बाबा कबीर जी ने भी एहो गल आखी कहन लगे कि मैं देखदा किज ना बुझे किज ना सुझे दुनिया गुजी भाए साई मेरे चंगा कीता मेरे मालिक ने रहमत की थी। अरदास करो सानू भी गुरु इस संसार दी अग तो जड़ी हर पासे दुखां दी क्लेशां दी अज्ञानता ते तृष्णा दी अग बल रहे इस अग तो अपना हाथ दे के बचा ले। भाई गुरदास जी ने भी यह गल आखी कहन लगे बाबा देखे ध्यान धर जलती सब पृथ्वी दिस आई पर कहन लगे बाजो गुरु गुबार है कर दी सुनी लुपाई बाबे पेख बनाया उदासी दी रीत चलाई। बाबा इस गल तो उदास होया परिवार तो विछड़ के उदास नहीं होया कारोबार तो विछड़ के उदास नहीं होया सुख ते आराम तो विछड़ के उदास नहीं होया बल्कि संसार दी इस बलदी हुई अग विच जलदे हुए संसार नूं देख के बाबा उदास हो गया ते उदासी लई बाहर तुर पिया। बस जल्दे हुए संसार नूं बचाण लई गुरु रहमत करे साडे ते वी रहमत करे सानू इस अग तों बचा लै। इन्हां शब्दां नाल खिमांदा जाके थां फतेह बुलाओ। वाहिगुरु जी का खालसा वाहिगुरु जी की फतेह।